ਬਹੁਤ ਹੀ ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਜਮਾਤ 8ਵੀਂ ਵਿਸ਼ਾ ਸਮਾਜਿਕ ਸਿੱਖਿਆ ਦਾ ਪਾਠ 12ਵਾਂ ਪਿੰਡੂ ਜੀਵਨ ਅਤੇ ਸਮਾਜ ਨਾਲ ਸੰਬੰਧਿਤ ਕੁਇਜ਼ ਅਤੇ ਉਸਦਾ ਹੱਲ ਸੋ ਆਓ ਚੱਲਦੇ ਹਾਂ ਇਸਦੇ ਪਹਿਲੇ ਪ੍ਰਸ਼ਨ ਵੱਲ ਪਹਿਲਾ ਪ੍ਰਸ਼ਨ ਸਹੀ ਮਿਲਾਨ ਕਰਨ ਦਾ ਹੈ ਸੋ ਆਓ ਕਰੀਏ ਸਥਾਈ ਬੰਦੋਬਸਤ ਰਇਤਵਾੜੀ ਪ੍ਰਬੰਧ ਮਹਿਲਵਾੜੀ ਪ੍ਰਬੰਧ ਠੇਕੇ ਦੀ ਵਿਵਸਥਾ ਕਿਨਾਂ ਨਾਲ ਸੰਬੰਧਿਤ ਹੈ ਮਿਲਾਨ ਕਰਨਾ ਹੈ ਵਾਰਨ ਹੇਸਟਿੰਗਸ ਕੌਰਨਵਾਲਿਸ ਥਾਮਸ ਮੰਡਰੋ ਉੱਤਰ ਪ੍ਰਦੇਸ਼ ਅਤੇ ਪੰਜਾਬ ਸੋ ਆਓ ਇਹਨੂੰ ਕਰਦੇ ਹਾਂ ਸੋ ਸਥਾਈ ਬੰਦੋਬਸਤ ਦਾ ਸੰਬੰਧ ਸੀ ਕੌਰਨਵਾਲਿਸ ਦੇ ਨਾਲ ਰੇਤ ਬਾੜੀ ਪ੍ਰਬੰਧ ਦਾ ਸੰਬੰਧ ਸੀਗਾ ਥਾਮਸ ਮੰਡਰੋ ਦੇ ਨਾਲ ਮਹਿਲਵਾੜੀ ਪ੍ਰਬੰਧ ਦਾ ਸਬੰਧ ਸੀ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਨਾਲ ਤੇ ਠੇਕੇ ਦੀ ਵਿਵਸਥਾ ਦਾ ਪ੍ਰਬੰਧ ਸੀ ਠੇਕੇ ਦੀ ਵਿਵਸਥਾ ਦਾ ਸਬੰਧ ਹੈ ਵਾਰਨ ਹੇਸਟਿੰਗਸ ਦੇ ਨਾਲ ਸੋ ਸਥਾਈ ਬੰਦੋਬਸਤ ਕਾਰਨਵਾਲਿਸ ਰੇਤਵਾੜੀ ਪ੍ਰਬੰਧ ਥਾਮਸ ਮੰਨਰੋ ਮਹਿਲਵਾੜੀ ਪ੍ਰਬੰਧ ਉੱਤਰ ਪ੍ਰਦੇਸ਼ ਅਤੇ ਪੰਜਾਬ ਠੇਕੇ ਦੀ ਵਿਵਸਥਾ वॉरन हेस्टिंगस सो सही मिला सो आओ चलते हैं हूँ अगले प्रश्न से प्रश्न दूसरा स्थाई बंदोबस्त की भूमि प्रबंध सरकार की आमदन ठेके की व्यवस्था विचों कोई नहीं सो so, स्थाई बंदोबस्त सी भूमि प्रबंध सो प्रश्न तीसरा ਅੰਗਰੇਜ਼ਾਂ ਦੀਆਂ ਭੂਮੀ ਸਬੰਧੀ ਨੀਤੀਆਂ ਦਾ ਉਦੇਸ਼ ਸੀ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਉਣਾ ਜ਼ਿਮੀਂਦਾਰਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣਾ ਭਾਰਤ ਵਿੱਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ਕਿਸਾਨਾਂ ਨੂੰ ਲਗਾਨ ਦੇਣਾ ਸੋ ਅੰਗਰੇਜ਼ਾਂ ਦੀ ਭੂਮੀ ਸਬੰਧੀ ਨੀਤੀ ਦਾ ਉਦੇਸ਼ ਸੀ ਭਾਰਤ ਵਿੱਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ तो चलते हैं अगले प्रश्न पे प्रश्न चौथा अंग्रेज ने बंगाल बिहार और उड़ीसा दी दीवानी कबो प्राप्त कीती अंग्रेज ने बंगाल बिहार और उड़ीसा दी दीवानी कबो प्राप्त कीती 1785 ईस्वी में 1775 ईस्वी में 1755 ईस्वी में या 1765 ईस्वी में सो इसदा सही उत्तर है ऑप्शन चौथी 1700 ਪੈਟ ਈਸਵੀ ਵਿੱਚ ਸੋ ਆਓ ਚੱਲਦੇ ਹਾਂ ਹੁਣ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਪੰਜਵਾਂ ਮਹਿਲવાડી ਪ੍ਰਬੰਧ ਪਿੰਡ ਦੇ ਸਮੁੱਚੇ ਸਮੁਦਾਏ ਨਾਲ ਕੀਤਾ ਜਾਂਦਾ ਸੀ ਕਥਨ ਸਹੀ ਹੈ ਜਾਂ ਗਲਤ ਮਹਿਲવાડી ਪ੍ਰਬੰਧ ਪਿੰਡ ਦੇ ਸਮੁੱਚੇ ਸਮੁਦਾਏ ਨਾਲ ਕੀਤਾ ਜਾਂਦਾ ਸੀ ਇਹ ਕਥਨ ਹੈ ਸਹੀ ਸੋ ਚੱਲਦੇ ਹਾਂ 6ਵੇਂ ਪ੍ਰਸ਼ਨ ਵੱਲ ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਡੈਸ਼ ਸਨ ਲੁੱਟਦੇ ਸਨ ਫਾਇਦਾ ਦਿੰਦੇ ਸਨ ਕਰਜ਼ਾ ਦਿੰਦੇ ਸਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਦੇ ਸਨ ਪ੍ਰਸ਼ਨ 7ਵਾਂ ਨੀਲ ਵਿਦਰੋਹ ਕਦੋਂ ਹੋਇਆ ਸੋ ਆਪਸ਼ਨ ਦਿੱਤੇ ਗਏ ਨੇ 4 ਦੱਸਣਾ ਹੈ ਇਹਨਾਂ ਵਿੱਚੋਂ ਨੀਲ ਵਿਦਰੋਹ ਕਦੋਂ ਹੋਇਆ ਸੋ ਇਸ ਦਾ ਸਹੀ ਉੱਤਰ ਹੈ অপਸ਼ਨ ਪਹਿਲੀ 1858 ਈਸਵੀ ਤੋਂ 1860 ਵਿਚਕਾਰ নীল ਵਿਦਰੋਹ ਹੋਇਆ। ਸੋ ਆਓ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਅੱਠਵਾਂ নীল ਦੀ ਖੇਤੀ ਵਿਰੁੱਧ ਬਿਹਾਰ ਦੇ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਵਿਦਰੋਹ ਹੋਇਆ? নীল ਦੀ ਖੇਤੀ ਵਿਰੁੱਧ ਬਿਹਾਰ ਦੇ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਵਿਦਰੋਹ ਹੋਇਆ? ਚੰਪਾਰਨ ਜ਼ਿਲ੍ਹੇ ਵਿੱਚ, ਰਾਂਗਾਬਾਦ ਵਿੱਚ, ਗਿਆਵ ਵਿੱਚ ਜਾਂ ਨਾਲੰਦਾ ਵਿੱਚ ਸੋ ਇਸ ਦਾ ਸਹੀ ਉੱਤਰ ਹੈ অপਸ਼ਨ ਪਹਿਲੀ ਚੰਪਾਰਨ ਵਿੱਚ ਸੋ ਨੀਰ ਦੀ ਖੇਤੀ ਵਿਰੁੱਧ ਬਿਹਾਰ ਵਿੱਚ ਚੰਪਾਰਨ ਜ਼ਿਲ੍ਹੇ ਵਿੱਚ ਵਿਦਰੋਹ ਹੋਇਆ ਸੀ ਸੋ ਆਓ ਚੱਲਦੇ ਹਾਂ ਅਗਲੇ ਪ੍ਰਸ਼ਨ ਵੱਲ ਪ੍ਰਸ਼ਨ ਨੋਵਾ ਵਣਜੀਕਰਨ ਦੀਆਂ ਮੁੱਖ ਫਸਲਾਂ ਹਨ ਕਣਕ ਕਪਾਹ ਗੰਨਾ ਤੇ ਉਪਰੋਕਤ ਸਾਰੇ ਸਾਨੂੰ ਪੁੱਛਿਆ ਹੈ ਕਿ ਵਣਜੀਕਰਨ ਦੀਆਂ ਮੁੱਖ ਫਸਲਾਂ ਫਸਲ ਕਪਾਹ ਸੀ ਉਸ ਟਾਈਮ ਸੋ ਵਿਦਿਆਰਥੀਓ ਇਹ ਸੀ ਪਾਠ 12ਵਾਂ ਪਿੰਡੂ ਜੀਵਨ ਅਤੇ ਸਮਾਜ ਨਾਲ ਸੰਬੰਧਿਤ ਕੁਇਜ਼ ਤੁਸੀਂ ਇਹ ਕੁਇਜ਼ ਖੁਦ ਵੀ ਹੱਲ ਕਰਕੇ ਦੇਖ ਸਕਦੇ ਹੋ ਜੇਕਰ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਓ ਤੇ ਉੱਥੇ ਲਿੰਕ ਕਲਿੱਕ ਕਰੋ ਤੇ ਤੁਹਾਨੂੰ ਇਹ ਕੁਇਜ਼ ਉੱਥੇ ਪ੍ਰਾਪਤ ਹੋਏਗਾ ਤੇ ਤੁਸੀਂ ਉਸ ਨੂੰ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਲੈ ਕੇ ਫਿਰ ਮੁਲਾਕਾਤ ਹੁੰਦੀ ਰਹੇਗੀ ਇੱਕ ਵਾਰ ਫਿਰ ਧੰਨਵਾਦ